ਸੰਗਤਾਂ ਵਿੱਚ ਰਿਸ਼ਤੇਦਾਰਾਂ 'ਚ ਵੰਡਣ ਵਾਸਤੇ ਕਿ ਸਾਰਿਆਂ ਨੂੰ ਖਬਰ ਟਾਈਮ ਸਿਰ ਪਹੁੰਚ ਜਾਵੇ ਅਤੇ ਫਿਰ ਮੇਰੇ ਬੱਚੇ ਦੇ ਵਿਆਹ 'ਤੇ ਬੱਚੀ ਦੇ ਵਿਆਹ 'ਤੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣ ਅਤੇ ਗੁਰਪੁਰਬ ਮੰਨ ਆਇਆ ਅਤੇ ਗੁਰਪੁਰਬ 'ਤੇ ਸਾਰੀਆਂ ਸੰਗਤਾਂ ਨੂੰ ਵਾਰ ਵਾਰ ਅਲੋਕਮੈਂਟ ਵੀ ਕਰਦੇ ਹਾਂ, ਤਿਉਹਾਰ ਵੀ ਵੰਡਦੇ ਹਾਂ ਅਤੇ ਬਹੁਤ ਵੱਡੇ ਵੱਡੇ ਪੋਸਟਰ ਬਣਾ ਕੇ ਵੀ ਛਪਵਾ ਕੇ ਵੀ ਲਗਾਉਂਦੇ ਹਾਂ ਅਤੇ ਸੰਗਤਾਂ ਆਉਂਦੀਆਂ ਵੀ ਇਹ ਨਹੀਂ ਕਿ ਨਾਮ ਜੀ ਹੁਣ ਆਉਂਦੀਆਂ ਨੇ ਉਸ ਦਿਨ ਸੰਗਤਾਂ, ਸਭ ਨੂੰ ਪਤਾ ਅੱਜ ਗੁਰਪੁਰਬ ਗੁਰੂ ਦਾ ਦਿਹਾੜਾ ਹੈ ਤਾਂ ਚੱਲਦੇ ਹਾਂ ਅਤੇ ਕਈ ਤਾਂ ਦੇ ਦਾਸ ਨੇ ਵੇਖਿਆ ਕਿ ਜਦੋਂ ਸੰਗਰਾਂਦ ਵੀ ਹੁੰਦਾ ਨਾ ਕਹਿੰਦੇ ਨੇ ਅੱਜ ਚੜ੍ਹਦੀ ਕਲਾ ਪਹਿਲਾ ਦਿਨ ਹੈ ਅੱਜ ਗੁਰਦੁਆਰੇ ਚੱਲਦੇ ਹਾਂ ਅਰਦਾਸ ਕਰਾਉਂਦੇ ਤਾਂ ਕਿ ਜੇ ਪਿਛਲਾ ਮਹੀਨਾ ਜੇ ਸੁੱਖ ਦਾ ਪ੍ਰਤੀਕ ਹੋਵੇ ਤਾਂ ਆਉਣ ਵਾਲਾ ਵੀ ਸੁੱਖ ਦਾ ਪ੍ਰਤੀਕ ਹੋ ਜਾਂਦਾ, ਹਰ ਕੋਈ ਸੁੱਖ ਚਾਹੁੰਦਾ ਹੈ, ਹਰ ਕੋਈ ਯਤਨ ਬਹੁਤ ਸੁੱਖੇ ਕੀ ਹੈ ਦੁੱਖੋ ਕਿਉਂ ਨਾ ਕੋਈ, ਕੋਈ ਨਹੀਂ ਯਤਨ ਕਰਦਾ ਕਿ ਮੈਂ ਦੁੱਖੀ ਹੋ ਜਾਵਾਂ, ਨਹੀਂ ਕਰਦਾ ਤੇ ਕਬੀਰ ਸਾਹਿਬ ਆਪਣੇ ਰਾਮ ਦੇ ਨਾਮ ਵਿੱਚ ਮਸਤ ਨੇ, ਮਗਨ ਨੇ, ਲੋਕਾਂ ਨੇ ਪਰਚੇ ਛਪਵਾ ਕੇ ਵੰਡ ਦਿੱਤੇ ਤੇ ਜਦੋਂ ਲੋਕਾਂ ਨੇ ਪਰਚੇ ਪੜ੍ਹੇ, ਤਾਰੀਖ ਵੇਖੀ, ਦਿਨ ਵੇਖਿਆ, ਬੜੇ ਹੈਰਾਨ ਕਿ ਕਬੀਰ ਜਿਹਦੇ ਘਰ ਕਈ ਕਈ ਦਿਨ ਤੱਕ ਭੋਜਨ ਨਹੀਂ ਬਣਦਾ, ਬੱਚੇ ਨਹੀਂ ਖਾ ਪਾਉਂਦੇ, ਮਾਂ ਕਬੀਰ ਦੀ ਗੁਆਂਢੀਆਂ ਕੋਲੋਂ ਸਮਾਨ ਰਾਸ਼ਨ ਲੈ ਕੇ ਜਾਂਦੀ ਹੈ ਤੇ ਬੱਚਿਆਂ ਨੂੰ ਭੋਜਨ ਬਣਾ ਕੇ ਛਕਾਉਂਦੀ ਤੇ ਕਬੀਰ ਯੱਗ ਕਰਾ ਰਿਹਾ ਤੇ ਲੰਗਰ ਕਰ ਰਿਹਾ, ਇਹ ਹੋ ਹੀ ਨਹੀਂ ਸਕਦਾ। ਕਈਆਂ ਨੇ ਫਿਰ ਕਬੀਰ ਨੂੰ ਪੁੱਛਿਆ, ਕਬੀਰ ਸੁਣਿਆ ਤੂੰ ਯੱਗ ਕਰਾ ਰਿਹਾ ਹੈ, ਸੁਣਿਆ ਤੂੰ ਭੋਜਨ ਕਰਾ ਰਿਹਾ, ਕਬੀਰ ਸਾਹਿਬ ਨੇ ਨਾ ਨਹੀਂ ਕੀਤੀ। ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਜੇ ਮੇਰੇ ਰੱਬ ਦੀ ਖੁਸ਼ੀ ਹੋਵੇਗੀ ਨਾ, ਜੇ ਮੇਰੇ ਰੱਬ ਦੀ ਮੇਰੇ ਵਾਹਿਗੁਰੂ ਦੀ ਕਿਰਪਾ ਹੋਵੇਗੀ, ਖੁਸ਼ੀ ਹੋਵੇਗੀ ਤੇ ਯੱਗ ਵੀ ਹੋਵੇਗਾ ਤੇ ਭੋਜਨ ਵੀ ਹੋਵੇਗਾ, ਤੁਸੀਂ ਜ਼ਰੂਰ ਆਉਣਾ ਮੇਰੇ ਘਰ। ਕਬੀਰ ਸਾਹਿਬ ਨੇ ਨਹੀਂ ਕਿਹਾ ਕਿ ਮੈਂ ਨਹੀਂ ਕਰਾ ਰਿਹਾ, ਕਿਉਂ ਜਦੋਂ ਗੁਰਬਾਣੀ ਪੜ੍ਹੋਗੇ ਤੇ ਪਤਾ ਲੱਗੇਗਾ, ਗੁਰਬਾਣੀ ਸਾਨੂੰ ਹਰ ਥਾਂ ਤੇ ਵਿਸ਼ਵਾਸ ਦਿੰਦੀ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ ਖੁਦ ਰੱਖੇਗਾ ਖਿਰਜਣਾਰ, ਜਿਨ ਪੈਦਾਇਸ ਤੂੰ ਕਿਆ ਦੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾ ਕਾ ਸੱਚਾ ਪਰਵਤਕਾਰ, ਜੋ ਘੱਟ ਘੱਟ ਕੇ ਚਾਲਣ ਵਾਲਾ ਪਰਵਤਕਾਰ ਮਾਲਕ ਹੈ ਉਸਨੂੰ ਫਿਕਰ ਨਹੀਂ ਹੈ। 42 ਲੱਖ ਜੀ ਜਲ ਮੈਂ ਹੋਤੇ ਬਿਠਲ ਵੇਲਾ ਕਾਹ ਕਰੋ, 42 ਲੱਖ ਜੂਨੀ ਪਾਣੀ ਦੇ ਅੰਦਰ ਨੇ, ਹੁਣ ਤੁਸੀਂ ਸੋਚੋ ਨਾ ਵੀ ਕਿਹੜੇ ਕਾਰੋਬਾਰ ਚੱਲ ਰਹੇ ਨੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਤ ਕਰੇ, ਸੌਦਾ ਮੁੱਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ, ਰੱਬ ਨੇ ਉਹਨਾਂ ਦਾ ਵੀ ਆਹਾਰ ਬਣਾਇਆ, ਉਹਨਾਂ ਦਾ ਵੀ ਖਾਣਾ ਬਣਾਇਆ ਜਿਹੜੇ 42 ਲੱਖ ਜੂਨੀ ਪਾਣੀ ਵਿੱਚ ਨੇ ਤੇ 42 ਲੱਖ ਜੂਨੀ ਪਾਣੀਆਂ ਤੋਂ ਬਾਹਰ ਨੇ, ਪਰ ਇਹਨਾਂ ਤੇ ਸਾਰਿਆਂ ਤੋਂ ਫਿਰ ਚਿੰਤਾਵਾਨ ਮਨੁੱਖ ਹੈ, ਸਭ ਤੋਂ ਜ਼ਿਆਦਾ ਚਿੰਤਾਵਾਨ, ਬਾਕੀ ਕਿਸੇ ਜੀਵ ਜੰਤੂ ਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਫਿਕਰ ਨਹੀਂ। ਸੋ ਕਬੀਰ ਸਾਹਿਬ ਨੇ ਸਾਰਿਆਂ ਨੂੰ ਕਹਿ ਦਿੱਤਾ ਕਿ ਭਾਈ ਜੇ ਮੇਰੇ ਰੱਬ ਦੀ ਖੁਸ਼ੀ ਹੋਵੇਗੀ ਤੇ ਜ਼ਰੂਰ ਯੱਗ ਹੋਵੇਗਾ ਤੇ ਭੋਜ ਵੀ ਹੋਵੇਗਾ, ਤੁਸੀਂ ਆਇਓ, ਸਮਾਂ ਨੇੜੇ ਆ ਗਿਆ। ਦੂਰ ਤੁਰੰਡੀ ਤੇ ਲੋਕ ਪਿੰਡ ਤੇ ਉਸ ਵੇਲੇ ਕੋਈ ਗੱਡਿਆਂ ਦੇ ਖਾਸ ਸਾਧਨ ਨਹੀਂ ਸੀ ਹੁੰਦੇ ਸਨ, ਫਿਰ ਪੈਦਲ ਤੁਰ ਤੁਰ ਕੇ ਕਈ ਦਿਨਾਂ ਤੋਂ ਤੁਰਨੇ ਸ਼ੁਰੂ ਹੋ ਗਏ, ਕਬੀਰ ਸਾਹਿਬ ਦੇ ਘਰ ਆਉਣੇ ਸ਼ੁਰੂ ਹੋ ਗਏ ਤੇ ਜਦ ਉਹ ਸਮਾਂ ਨੇੜੇ ਆ ਗਿਆ, ਕੱਲ ਯੱਗ ਹੋਣਾ ਤੇ ਅੱਜ ਲੋਕੀ ਕਬੀਰ ਦੇ ਘਰ ਇਕੱਠੇ ਹੋ ਗਏ। ਕਬੀਰ ਸਾਹਿਬ ਕਹਿਣ ਲੱਗੇ, ਲੋਈ ਤੂੰ ਘਰ ਰੋ, ਮੈਂ ਬਾਹਰ ਜਾਂਦਾ। ਮਾਤਾ ਲੋਈ ਸੋਚਣ ਲੱਗੀ ਕਿ ਕੁਛ ਲੈ ਕੇ ਆਉਣਗੇ, ਕੁਛ ਲੈਣ ਵਾਸਤੇ ਜਾ ਰਹੇ, ਜਾਓ ਜੀ। ਕਬੀਰ ਸਾਹਿਬ ਜੰਗਲ ਵਿੱਚ ਚਲੇ ਗਏ, ਜੰਗਲ ਵਿੱਚ ਜਾ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣਾ ਮਨ ਜੋੜਿਆ, ਅੰਤਰ ਗੁਰ ਆਰਾਧਨਾ ਜਿਹਵਾ ਜਗ ਗੁਰ ਨਾਉ, ਅੰਤਰ ਧਿਆਨ ਹੋ ਗਿਆ, ਅੰਤਰ ਧਿਆਨ ਹੋ ਗਏ ਕਬੀਰ ਸਾਹਿਬ ਤੇ ਅੱਜ ਜਦੋਂ ਰੱਬ ਦੇ ਚਰਨਾਂ ਵਿੱਚ ਕਬੀਰ ਸਾਹਿਬ ਨੇ ਆਪਣਾ ਮਨ ਜੋੜਿਆ, ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ, ਲਾਗਣਾ ਲਾਗਣ ਨੇਕਾ ਗੁਰ ਚਰਨੀ
मन लागना बाणी है गुरु अर्जन देव जी महाराज का शब्द है। हुण जे आपां गुरु दे चरण विच आ भी गए लागना लागन नीका गुर चरणी मन लागना की कह रहे हैं सतगुरु जी के गुरु चरणा नाल मन नू लगा लो लगना चाहिदा आन दा लाभ भी ताई है। जे मन नहीं लग्या ते गल बनदी नहीं। जदो गुरु नानक साहिब जी महाराज नू सतगुरु जी जदो मक्के च जा रखे सन काबल वल जा रखे सन ਤਾਂ ਜਦੋਂ ਮਸਜਿਦ ਵਿੱਚ ਜਾ ਕੇ ਹਾਜ਼ੀਆਂ ਨਾਲ ਬੈਠੇ ਤੇ ਹਾਜ਼ੀ ਕਹਿੰਦੇ ਤੁਸੀਂ ਨਵਾਜ਼ ਪੜ੍ਹੋ ਕਹਿਣ ਲੱਗੇ ਪੜ੍ਹਾਂਗੇ ਮਨੇ ਨਹੀਂ ਕੀਤੀ ਤੁਸੀਂ ਸਾਡੇ ਨਾਲ ਨਵਾਜ਼ ਪੜ੍ਹੋ ਅਦਾ ਕਰੋ ਕਹਿਣ ਲੱਗੇ ਕਰਾਂਗੇ ਪੜ੍ਹਾਂਗੇ ਸਾਡਾ ਕੰਮ ਹੈ ਪਰਮਾਤਮਾ ਦੀ ਇਬਾਦਤ ਕਰਨਾ ਉਹਦੀ ਨਵਾਜ਼ ਕਰਨਾ ਕਰਾਂਗੇ ਸਾਡੇ ਨਾਲ ਕਰੋਗੇ ਤੁਸੀਂ ਕਰਾਂਗਾ ਪਰ ਜਦੋਂ ਨਵਾਜ਼ ਦਾ ਸਮਾਂ ਹੋਇਆ ਹਾਜ਼ੀ ਤੇ ਮੌਲਵੀ ਸਾਹਿਬ ਦੋਵੇਂ ਸਰੀਰ ਕਰਕੇ ਮਨ ਕਰਕੇ ਨਹੀਂ ਦੋਵਾਂ ਦਾ ਕਿਸੇ ਦਾ ਕਾਬਲ ਵਿੱਚ ਘੋੜੇ ਮਨ ਖਰੀਦ ਰਿਹਾ ਹੈ ਮੌਲਵੀ ਸਾਹਿਬ ਦੇ ਘਰ ਬੱਚੀ ਖੂਹ ਦੇ ਨਾਲ ਬੰਦੀ ਹੋਈ ਮਨ ਦੋਵਾਂ ਦਾ ਇੱਧਰ ਉੱਧਰ ਖਿਲ ਰਿਹਾ ਹੋਇਆ ਨਹੀਂ ਪੜੀ ਕੁਛ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੇ ਮਨ ਦੀਆਂ ਗੱਲਾਂ ਸਾਹਮਣੇ ਰੱਖ ਦਿੱਤੀਆਂ ਨੇ ਕਿਉਂ ਘੱਟ ਘੱਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸੰਦ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਥੇ ਕਿੱਥੇ ਪਿਆ ਕਿੱਥੇ ਸੋਚਦਾ ਕਬੀਰ ਸਾਹਿਬ ਜੰਗਲ ਵਿੱਚ ਜਾ ਬੈਠੇ ਇਬਾਦਤ ਕਰਨ ਲੱਗ ਪਏ ਪਰਮਾਤਮਾ ਦੀ ਮਾਤਾ ਲਕਸ਼ਮੀ ਕਹਿਣ ਲੱਗੇ ਵਿਸ਼ਨੂੰ ਭਗਵਾਨ ਜੀ ਇਹ ਭਗਵਾਨ ਜੀ ਤੁਹਾਨੂੰ ਖਿਆਲ ਨਹੀਂ ਆਇਆ ਕੱਲ ਦਾ ਤੁਹਾਡਾ ਭਗਤ ਤੁਹਾਡੇ ਚਰਨਾਂ ਨਾਲ ਜੁੜਿਆ ਹੋਇਆ ਤੁਹਾਡੇ ਚਰਨ ਫੜੇ ਹੋਏ ਨੇ ਤੇ ਤੁਹਾਨੂੰ ਅਜੇ ਵੀ ਚਿੰਤਾ ਨਹੀਂ ਆਪਣੇ ਭਗਤ ਦੀ ਪੈਜ ਰੱਖਾਂ ਤੁਹਾਨੂੰ ਅਜੇ ਵੀ ਖਿਆਲ ਨਹੀਂ ਆਇਆ ਵਿਸ਼ਨੂੰ ਜੀ ਕਹਿਣ ਲੱਗੇ ਲਕਸ਼ਮੀ ਕੀ ਕਰਾਂ ਇਹ ਭਗਵਾਨ ਤੇਰੇ ਕਰਕੇ ਇਸ ਗੱਲ ਦਾ ਘਾਟਾ ਹੈ ਆਪਣੇ ਭਗਤ ਦੇ ਕਾਰਜ ਸਵਾਲ ਸਤਿਗੁਰ ਤੁਮਰੇ ਕਾਰਜ ਸਵਾਰ ਕਹਿਣ ਲੱਗੇ ਕੀ ਕੀਤਾ ਜਾ ਲਕਸ਼ਮੀ ਕਹਿਣ ਲੱਗੇ ਸਵਾਮੀ ਭਗਤ ਦੀ ਪੈਜ ਰੱਖੋ ਤੇ ਘਰ ਯਾਗ ਕਰੋ ਤੇ ਲੰਗਰ ਕਰੋ ਚੱਲ ਕੇ ਔਰ ਪਤਾ ਨਹੀਂ ਲੱਗਣਾ ਚਾਹੀਦਾ ਕਬੀਰ ਨੇ ਕੀਤਾ ਤੇ ਕਿਸ ਨੇ ਕੀਤਾ ਤੇ ਵਿਸ਼ਨੂੰ ਜੀ ਰਾਮ ਕਬੀਰਾ ਭੇਦ ਨਾ ਭਾਈ ਰਾਮ ਕਬੀਰਾ ਵੇਦ ਨਾ ਭਾਈ ਆ ਗਿਆ ਕਬੀਰ ਬਣ ਕੇ ਆ ਗਿਆ ਲਕਸ਼ਮੀ ਆ ਗਈ ਲੋਈ ਬਣ ਕੇ ਆ ਗਈ ਗੱਡਿਆਂ ਤੇ ਮਲ ਲੱਦਿਆ ਹੋਇਆ ਰਾਸ਼ਨ ਪਾਣੀ ਹੈ ਇੱਕ ਪਾਸੇ ਪੰਡਾਲ ਲਗਵਾ ਦਿੱਤਾ ਬਹੁਤ ਸੋਹਣਾ ਜਿਸ ਵਿੱਚ ਯੱਗ ਹੋਣਾ ਇੱਕ ਪਾਸੇ ਪੰਡਾਲ ਲਗਾ ਦਿੱਤਾ ਜਿੱਥੇ ਲੰਗਰ ਹੋਣਾ ਦੋ ਪੰਡਾਲ ਇੱਕ ਪੰਡਾਲ ਦੇ ਵਿੱਚ ਜਿੱਥੇ ਯੱਗ ਹੋ ਰਿਹਾ ਸੀ ਉਸ ਪੰਡਾਲ ਦੇ ਵਿੱਚ ਐਸੇ ਐਸੇ ਬ੍ਰਾਹਮਣ ਵਿਦਵਾਨ ਵੇਦ ਸ਼ਾਸਤਰ ਪੜ੍ਹਨ ਵਾਲੇ ਸੁਣਨ ਵਾਲੇ ਸੱਦੇ ਤੇ ਜਿਹੜੇ ਹੰਕਾਰੀ ਪੁਰਸ਼ ਸਨ ਨਾ ਹੰਕਾਰੀ ਜਿਹੜੇ ਕਬੀਰ ਨੂੰ ਬਦਨਾਮ ਕਰਨ ਵਾਸਤੇ ਪਰਚੇ ਛਪਾ ਕੇ ਜਿਹਨਾਂ ਨੇ ਵੰਡੇ ਸਨ ਉਹ ਵੀ ਹੈਰਾਨ ਹੋ ਗਏ ਹਰ ਜੀਓ ਹੰਕਾਰ ਨਭਾਵੇ ਵੇਦ ਕੂਕ ਸੁਣਾਵੇ ਸਤਿਗੁਰ ਕਹਿੰਦੇ ਨੇ ਜੇ ਮੇਰੇ ਹਰ ਭਾਈ ਉਸ ਹਰੀ ਵਾਹਿਗੁਰੂ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਵੇਦ ਸਾਤਰ ਕੂਕ ਕੂਕ ਕਿਆ ਕਹਿ ਰਹੇ ਨੇ ਕਿ ਉਸ ਹਰ ਜੀ ਨੂੰ ਹੰਕਾਰ ਤੋਂ ਬਹਾਉਂਦਾ ਹੀ ਨਹੀਂ ਵੇਦ ਕੂਕ ਸੁਣਾਵੇ ਵੇਦ ਯਾਨੀ ਵੇਦ ਸਾਤਰ ਕੂਕ ਕੂਕ ਕਿਆ ਕਹਿ ਰਹੇ ਨੇ ਕਿ ਉਸਨੂੰ ਹੰਕਾਰ ਨਹੀਂ ਚੰਗਾ ਲੱਗਦਾ ਪ੍ਰੇਮ ਚੰਗਾ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਸਪਸ਼ਟ ਕਹਿ ਦਿੱਤਾ ਜਿਨ ਪ੍ਰੇਮ ਕੀਓ ਇਨ ਹੀ ਪ੍ਰਪਾਇਓ ਇਹ ਭਾਈ ਜਿਨ੍ਹਾਂ ਨੇ ਪ੍ਰੇਮ ਕੀਤਾ ਮਿਲਿਆ ਪਰਮਾਤਮਾ ਉਹਨਾਂ ਨੂੰ ਅੱਜ ਕਬੀਰ ਦਾ ਐਸਾ ਯੱਗ ਹੋਇਆ ਇਤਨਾ ਸੋਹਣਾ ਯੱਗ ਹੋਇਆ ਕਿ ਜਿਹੜੇ ਧਰਮ ਦੇ ਠੇਕੇਦਾਰ ਸਨ ਈਰਖਾਲੂ ਲੋਕ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਂ ਤਾਰੀ ਕਬੀਰ ਸਾਹਿਬ ਕਹਿੰਦੇ ਮੈਨੂੰ ਨਿੰਦੋ ਤੁਸੀਂ
ਤੁਸੀਂ ਮੇਰੇ ਮਾਂ ਬਾਪ ਹੋ, ਕਰੋ ਮੇਰੀ ਨਿੰਦਿਆ, ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੰਨਿਆ ਨੀ ਕਬੀਰ ਸਾਹਿਬ ਨੇ ਆਪਣਾ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਰੋ ਮੇਰੀ ਨਿੰਦਿਆ। ਕਬੀਰ ਸਾਹਿਬ ਦੀ ਨਿੰਦਿਆ ਕਰ ਕਰਕੇ ਧੋ ਦਿੱਤਾ ਕਬੀਰ ਸਾਹਿਬ ਨੂੰ, ਨਿਰਲੇਪ ਕਰ ਦਿੱਤਾ। ਤੇ ਜਦੋਂ ਯੱਗ ਸੰਪੰਨ ਹੋਇਆ ਤੇ ਉਸਦੇ ਵਿੱਚ ਐਲਾਨ ਕੀਤਾ ਗਿਆ ਕਿ ਭਾਈ ਯੱਗ ਦੀ ਸੰਪੰਨ ਤੋਂ ਬਾਅਦ ਜਿਤਨੇ ਵੀ ਤੁਸੀਂ ਸਾਰੇ ਸੰਤਾਂ ਦੇ ਰੂਪ ਵਿੱਚ ਆਇਓ, ਦੂਰ ਦੁਰੰਡੀ ਤੋਂ ਸਭਨਾਂ ਨੇ ਭੋਜਨ ਛੱਕ ਕੇ ਜਾਣਾ, ਸਭਨਾਂ ਨੇ ਲੰਗਰ ਛੱਕ ਕੇ ਜਾਣਾ। ਆਪਾਂ ਵੀ ਤੇਰੇ ਬੇਨਤੀ ਕਰਦੇ ਹਾਂ ਕਿ ਵੀ ਲੰਗਰ ਛੱਕ ਕੇ ਜਾਇਓ, ਕੋਈ ਵੀ ਲੰਗਰ ਤੋਂ ਵਾਂਝਾ ਨਾ ਜਾਵੇ, ਚੰਗਾ ਨਹੀਂ ਲੱਗਦਾ। ਜੇ ਗੁਰੂ ਦੀ ਸ਼ਰਨ ਵਿੱਚ ਆਇਓ ਤਾਂ ਪ੍ਰਸ਼ਾਦ ਲੰਗਰ ਲੈਣਾ ਚਾਹੀਦਾ, ਛੱਕਣਾ ਚਾਹੀਦਾ। ਸੋ ਕਹਿੰਦੇ ਨੇ ਕਬੀਰ ਸਾਹਿਬ ਨੇ ਤਾਂ ਜੰਗਲ 'ਚ ਬੈਠੇ ਨੇ, ਮਾਤਾ ਲੋਕ ਘਰ ਵਿੱਚ ਅੰਦਰ ਬੈਠੇ, ਬਾਹਰ ਕਾਰਜ ਰਾਤ ਹੋ ਰਿਹਾ ਹੈ, ਕਾਰਜ ਰਾਸ ਹੋ ਰਿਹਾ ਬਾਹਰ। ਸੋ ਜਦੋਂ ਲੰਗਰ ਛੱਕਿਆ, ਲੰਗਰ ਛੱਕਣ ਵੇਲੇ ਸਾਧ ਸੰਗਤ ਚਾਂਦੀ ਦੇ ਥਾਲ, ਸੋਨੇ ਦੇ ਗਿਲਾਸ ਵੰਡੇ ਹੋਏ। ਪਰ ਜਿਹੜੇ ਲੋਕ ਧਰਮ ਦੇ ਠੇਕੇਦਾਰ ਸਨ, ਬੜੇ ਸ਼ਰਮਿੰਦੇ ਹੋਏ, ਬਹੁਤ ਸ਼ਰਮਿੰਦੇ ਹੋਏ, ਜਿਹੜੇ ਮਜ਼ਾਕ ਤੇ ਮਖੌਲ ਕਰ ਰਹੇ ਸਨ, ਕਬੀਰ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਸਨ, ਉਹਦੇ ਰਾਮ ਦੀ ਬਦਨਾਮੀ ਕਰਨੀ ਚਾਹੁੰਦੇ ਸਨ, ਅੱਜ ਉਹਨਾਂ ਦੇ ਮੂੰਹ ਥੱਲੇ ਨੂੰ ਹੋ ਰਹੇ ਨੇ। ਕਿਉਂ? ਸ਼ਰਮਸਾਰ ਹੋ ਰਹੇ ਨੇ ਕਿ ਇਹ ਵਿਸ਼ਵਾਸ ਨਹੀਂ ਸੀ ਕਿ ਕਬੀਰ ਸਾਹਿਬ ਯੱਗ ਵੀ ਕਰ ਲੈਣਗੇ, ਲੰਗਰ ਵੀ ਕਰ ਲੈਣਗੇ, ਤੇ ਸਾਹਮਣੇ ਕਬੀਰ ਸਾਹਿਬ ਵੀ ਲੱਗ ਰਹੇ ਨੇ ਬੈਠੇ ਹੋਏ। ਆਪ ਜਿਸ ਨੂੰ ਰਾਮ ਕਬੀਰਾ ਭੇਦ ਨਾ ਭਾਈ, ਕੋਈ ਫਰਕ ਨਹੀਂ ਪੜ ਰਿਹਾ ਕਤਲ ਸੂਰਤ ਵਿੱਚ। ਤੇ ਫਿਰ ਨਾਲੇ ਐਲਾਨ ਕਰ ਦਿੱਤਾ ਕਿ ਮੈਂ ਜਿੰਨਾ ਭੋਜਨ ਛੱਕਣਾ ਛੱਕ ਲਓ, ਤੇ ਜਿਹੜੇ ਭਾਂਡੇ ਨੇ ਇਹਨਾਂ ਭਾਂਡਿਆਂ ਵਿੱਚ ਤੁਸੀਂ ਲੰਗਰ ਪਾ ਕੇ ਆਪਣੇ ਘਰ ਪਰਿਵਾਰ ਵਾਸਤੇ ਲੈ ਕੇ ਜਾਣਾ, ਭਾਂਡੇ ਵੀ ਸਾਥ ਲੈ ਜਾਣਾ। ਅੱਜ ਤਾਂ ਪੱਤਲ ਹੋ ਗਈ, ਪਲਾਸਟਿਕ ਦੀ ਥਾਲੀ ਹੋ ਗਈ, ਮੰਜਣੀ ਨਾ ਪੈਣ, ਕੱਪ ਨਾ ਕਰਨੇ ਪੈਣ, ਕਿਸੇ ਨੂੰ ਦੇਣਾ ਨਾ ਪੈ, ਕੋਈ ਫਰਕ ਨਾ ਲੱਗਿਆ। ਬੜਾ ਫਰਕ ਪੈ ਗਿਆ, ਬੜਾ ਕੁਛ ਬਦਲ ਗਿਆ, ਬਹੁਤ ਕੁਛ ਬਦਲ ਗਿਆ। ਪਰ ਤੁਸੀਂ ਹਰਿਮੰਦਰ ਸਾਹਿਬ ਜਾਓ, ਅਜੇ ਵੀ ਸੇਵਾ ਬਰਕਰਾਰ ਹੈ, ਜਾਂਦੇ ਤੁਸੀਂ ਵੀ ਜਾਂਦੇ, ਸਾਰੇ ਦਰਸ਼ਨ ਕਰਦੇ, ਉੱਥੇ ਸਭਨਾਂ ਦਾ ਮਨ ਕਰਦਾ ਸੇਵਾ ਕਰਨ ਨੂੰ, ਸਭਨਾਂ ਦਾ ਮਨ ਕਰਦਾ। ਪਰ ਜਿੱਥੇ